है मिसअंडरस्टैंडिंग ड्राइविंग एक्सट्रैक्ट दी दोनों चो 16-20 क्वेश्चन होंगे ने 16 फिर भी करते हैलो जी सत श्री अकाल सो गाइज अज असी देन आए हैं जीवन ड्राइविंग टेस्ट वैसे ना असी बहुत लेट आए मतलब कहें मैं सुनिया असी बहुत भीड़ होंगी बट आप बहुत लेट हो गए तो ऑनलाइन जो स्कैनर होंगे वो तो एक्सैप्ट ही नहीं कर रहे थे फिर भी उन्होंने कहा भी कम आफ्टर हाफ एन आवर तो हूँ आप वेले सा असी क्या अद्धा घंटा की कही तो नाल एक फर्नीचर शॉप आ उहदे ते आ गए देखो फर्नीचर दिखाने तुहानू अज फर्नीचर है ना की रेट रेट की ने इन्हां दे रेट 500 रुपया नहीं नहीं की रेट है मोल आई डोंट नो यू शुड नो मैन आ वेखो आ आ आ सोफा $2,300 दा है ठीक है ते इंडिया दा किन्ना बन गया 2300 इंडिया दे हिसाब नाल दसांगे ना 2300 ये बन गया 1,80,000 ला वेख लो ये 1,80,000 दा आ सोफा ते मैनू आ ब्लैक बड़ा सोहना लगा आ कॉन्सैप्ट ही बहुत घेंट आ देखियो ये ब्लैक है तो ये मीर टेबल है सेंटर टेबल एंड दो चेयरस ने एदा की प्राइस है फड़े मेरे सोहना बने ना मैनू ब्लैक सोहना लगे जे मैं लिया ब्लैक लवागी जो घर लिया ना इस तरह ही अच बहुत सोहना बनया हो आज होर फर्नीचर दिखाइए हाँ वेखो डाइनिंग सैट भी देखिए आ डाइनिंग सैट आ डाइनिंग सैट हैगा ये अपना पता नहीं किन्ने का ये रेट ही नहीं लगा हुआ आ सब तो सस्ता है ये वेख लो जी उन 7,000 का है सेल 6,000 का मतलब 3,60,000 का प्राइस तो ठीक ने बहुत ज़्यादा हाई भी नहीं क्योंकि इंडिया च भी यही रेट मिलता ही होंगे या अगली दुकान च चलिए हाँ ये मोगे वाले ने स्पेशल मोगे दी क्यों तुसी मोगे दे हो तुसी बरनाले दे हो थोड़े दूर आ गए उधर कॉस्को भी सीगा पर आप दूर आ गए ना आप अद्धे घंटे नूं बुलाया आपां नूं जीवन वास्ते अपनी जीवन है इस टाइम कॉस्को च वड़ो ना टाइम बहुत जांदा आ ਇੱਥੋਂ ਲੰਘ ਜਾਓ ਬਰਫ਼ ਦੇ ਉੱਤੋਂ ਦੀ ਲੰਘ ਜਾਓ ਲੰਘ ਜਾ ਲੰਘ ਜਾ ਧਿਆਨ ਨਾਲ ਲੱਗੋ ਕਿਤੇ ਤੂੰ ਜੀਵਨ ਦੇ ਤੋਂ ਪਹਿਲੇ ਇੱਥੇ ਨਿੱਡੀ ਹੋਈ ਤੇਰਾ ਹੈਲਥ ਕਾਰਡ ਵੀ ਨਹੀਂ ਹੈਗਾ ਹਸਪੀਟਲ 'ਚ ਫਿਰ ਤੂੰ ਵਾਪਸ ਹੀ ਜਾਣਾ ਆਪਾਂ ਖਾ ਪੀ ਕੇ ਆਉਂਦੇ ਆਂ ਮੇਰੀ ਫੇਵਰਿਟ ਪਲੇਸ हाँ कमेंटा जो ज्यादा हो ना प्यार ना बरसायो पर निकल भी जाते उधर प्रेस चो गवाए हैं $26 का नहीं नहीं मेनू आज वालमार्ट तो मेनू आज की याद आंदी है डीमार्ट दी क्या दी डीमार्ट दी नहीं हां तो तुसी मैनू समझ गए ना हां वालमार्ट तो फ्रूटा दी ते एक और बंदे दी भी याद आंदी है जीवन टेस्ट पढ़िया तो असीं कुछ भी नहीं सो बट लेट्स सी ना किदां दा एक्सपीरियंस रहिंदा एक वारी एक पीडीएफ आउंदा है वो असीं जरूर रीड करिया तिन्ना ने
ਬਾਕੀ ਅਸੀਂ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਾਂਗੇ ਕਿ ਵੀ ਸਾਡਾ ਕਿੱਦਾਂ ਦਾ ਰਿਹਾ। ਟੈਸਟ ਦੇਣ ਜਾਣਾ ਤਾਂ ਜਲਦੀ ਜਾਓ। ਹਾਂ ਵੀ ਗਾਟ ਲੇਟ। ਆਪਾਂ ਮਤਲਬ ਲੇਟ ਹੋ ਗਏ। ਸਾਨੂੰ ਦੁਪਹਿਰ ਦੇ 2 ਵਜੇ ਫਿਰ ਤਾਂ ਹੀ ਹੈ। ਕਿਉਂਕਿ ਸਭ ਦੀ ਕਿਸਮਤ ਇੰਨੀ ਵਧੀਆ ਨਹੀਂ ਹੁੰਦੀ ਹੈ। ਹਾਂ ਬੇਸਿਕਲੀ ਸਾਰੇ ਕਹਿੰਦੇ ਨੇ ਕਿ 7 ਵਜੇ ਆ ਜਾਓ ਟੈਸਟ ਦੇਣ ਤਾਂ ਤੁਹਾਡੀ ਰਿਟਰਨ ਆਉਂਦੀ ਆ। ਅਸੀਂ ਹੁਣ ਆਏ, ਉਹ ਕਹਿੰਦੀ ਵੀ ਵੀ ਆਰ ਨਾਟ ਐਕਸੈਪਟਿੰਗ ਐਨੀ ਮੋਰਸ, ਬਟ ਫਿਰ ਉਹਨੇ ਵਿਚਾਰੀ ਨੇ ਇੰਡੀਅਨ ਪੰਜਾਬੀ ਸਮਝ ਕੇ ਕਹਿੰਦੀ ਕਿ ਚਲੋ ਤੁਸੀਂ ਹੌਲੀ ਜਿਹੀ ਕਹਿੰਦੀ ਅੱਧੇ ਘੰਟੇ ਬਾਅਦ ਆ ਜਾਓ। ਠੀਕ ਹੈ, ਪਰ ਇਹ ਗੱਲ ਨਾ ਦੱਸਣੀ ਨਹੀਂ ਕਿਸੇ ਨੂੰ, ਕਮੈਂਟ ਵੀ ਨਾ ਕਰੀਓ ਜ਼ਿਆਦਾ। ਤੇ ਹੁਣ ਵੇਖਾਂਗੇ ਅਸੀਂ ਅੱਧਾ ਘੰਟਾ ਇੱਧਰ ਟਾਈਮ ਪਾਸ ਕਰ ਰਹੇ, ਅੱਧੇ ਘੰਟੇ ਬਾਅਦ ਅਸੀਂ ਜਾਵਾਂਗੇ ਐਂਡ ਵੀ ਲੈਟਸ ਸ਼ੇਅਰ ਆਰ ਐਕਸਪੀਰੀਅੰਸ। ਚਲੋ ਮਾਸਕ ਵਾਲੇ ਚੱਲ ਰਹੇ ਆ। ਹੈਲੋ ਜੀ, ਸੋ ਗਾਈਜ਼ ਜੀਵਨ ਟੈਸਟ ਦੇਣ ਗਏ ਸਾਂ ਨਾ, ਜਿਵੇਂ ਆਪਾਂ ਵਲੌਗ 'ਚ ਦੱਸ ਹੀ ਰਹੇ ਸਾਂ। ਅਤੇ ਅਸੀਂ ਅੰਦਰ ਗਏ ਫੀਸ ਲਈ। ਅਗਰ ਤੁਹਾਡਾ 2 ਸਾਲ ਦਾ ਲਾਇਸੈਂਸ ਨਹੀਂ ਹੈ ਇੰਡੀਆ ਦਾ, ਅਤੇ ਜਿਹੜੀ ਫੀਸ ਲੱਗਦੀ ਉਹ ਲੱਗਦੀ ਆ 159। ਅਤੇ ਅਗਰ ਤੁਹਾਡੇ ਕੋਲ 2 ਈਅਰਸ ਪਲੱਸ ਐਕਸਪੀਰੀਅੰਸ ਹੈ ਫਿਰ ਤੁਹਾਡੀ ਫੀਸ ਲੱਗੇਗੀ $106, ਵਿਚ ਇੰਕਲੂਡਸ G2 ਵਾਲਾ ਵੀ। ਬਟ ਇੱਕ ਚੀਜ਼ ਇਹ ਕਿ ਪਹਿਲਾਂ ਆਉਣਾ ਕਿਉਂ ਜ਼ਰੂਰੀ ਹੈ? ਜਿੱਦਾਂ ਹੁਣ ਅਸੀਂ 2:30 ਵਜੇ ਆਏ ਸਾਂ, ਅਤੇ ਸਾਨੂੰ ਨਾ ਉਹਨਾਂ ਨੇ ਲਾਈਕ ਜਸਟ ਫੀਸ ਸਬਮਿਟ ਕਰਵਾ ਲਈ ਅਤੇ ਹੁਣ ਕਿਹਾ ਕਿ ਕੱਲ੍ਹ ਦੁਬਾਰਾ ਆਇਓ, ਪਰ ਕੱਲ੍ਹ ਸਾਨੂੰ ਲਾਈਨ 'ਚ ਨਹੀਂ ਲੱਗਣਾ ਪਏਗਾ। ਪਰ ਉਹੀ ਗੱਲ ਹੋ ਗਈ ਵੀ 2 ਚੱਕਰ ਮਾਰਨੇ ਪੈਣਗੇ, ਇਸ ਕਰਕੇ ਜਲਦੀ ਆਉਣਾ ਜ਼ਰੂਰੀ ਹੈ। ਕਿਉਂਕਿ 5 ਵਜੇ ਤੋਂ ਬਾਅਦ ਤੁਹਾਨੂੰ, ਅਗਰ ਤੁਸੀਂ ਅੰਦਰ ਵੀ ਹੋ ਨਾ, ਤਾਂ ਤੁਹਾਨੂੰ ਟੈਸਟ ਨਹੀਂ ਦੇ ਸਕਦੇ। ਅਤੇ ਹੁਣ ਅਸੀਂ ਕੱਲ੍ਹ ਫੇਰ ਆਵਾਂਗੇ, ਕੱਲ੍ਹ ਫੇਰ ਆ ਕੇ ਟੈਸਟ ਦੇਵਾਂਗੇ। ਕੱਲ੍ਹ ਹੀ ਹੁਣ ਆਪਾਂ ਦੇਖਾਂਗੇ, ਫਿਰ ਅੱਗੇ ਤੁਹਾਨੂੰ ਦੱਸਾਂਗੇ ਕਿ ਕੀ ਫਲੋ ਹੁੰਦਾ ਅੰਦਰ, ਟੈਸਟ ਕਿੱਦਾਂ ਹੁੰਦਾ ਆ। ਆਪਾਂ ਮਿਲਦੇ ਹਾਂ ਕੱਲ੍ਹ ਨੂੰ। ਹੈਲੋ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਅਤੇ ਅੱਜ ਅਸੀਂ ਜੀਵਨ 'ਤੇ ਆਏ ਸਾਂ, ਜਿਵੇਂ ਆਪਾਂ ਪਹਿਲਾਂ ਵਲੌਗ 'ਚ ਦੱਸਿਆ ਕਿ ਕੱਲ੍ਹ ਅਸੀਂ ਆਏ ਸੀ ਪਰ ਸਾਡਾ ਟਾਈਮ ਹੋ ਗਿਆ, ਸੋ ਇਸ ਕਰਕੇ ਅਸੀਂ ਅੱਜ ਆਏ ਸੀ ਐਂਡ ਸਾਨੂੰ ਲਾਈਨ 'ਚ ਨਹੀਂ ਲੱਗਣਾ ਪਿਆ। ਅੱਜ ਅਸੀਂ ਡਾਇਰੈਕਟਲੀ ਟੈਸਟ ਦਿੱਤੇ ਹੈ ਨਾ, ਅਤੇ ਫਸਟ ਅਟੈਂਪਟ 'ਚ ਵੀ ਕਲੀਅਰ ਹੁੰਦਾ ਹੈ। ਬਾਕੀ ਇਵੇਂ ਜੇ ਕਿਸੇ ਦਾ ਨਹੀਂ ਕਲੀਅਰ ਹੋਏ, ਤੁਸੀਂ ਕਿੰਨੀ ਫੀਸ ਲੱਗੀ? $16 ਹੈ। $16 ਹਾਂ ਫੀਸ ਲੱਗ, ਹਾਂ ਸੋਲ੍ਹਾਂ ਨਾ, $16 ਫੀਸ ਦੇ ਕੇ ਤੁਸੀਂ ਨਾਲ ਦੀ ਨਾਲ ਰਿਪੀਟ ਟੈਸਟ ਦੇ ਸਕਦੇ ਹੋ। ਜਿਵੇਂ 2 ਸੈਕਸ਼ਨ ਆਉਂਦੇ ਨੇ, ਏ ਸੈਕਸ਼ਨ ਐਂਡ ਬੀ ਸੈਕਸ਼ਨ, ਦੋਨਾਂ 'ਚੋਂ 16-20 ਕੁਸ਼ਚਨ ਹੁੰਦੇ ਨੇ, 16 ਕਲੀਅਰ ਕਰਨੇ ਜ਼ਰੂਰੀ ਹੁੰਦੇ ਨੇ ਨਾ, 16 ਦੋਨਾਂ ਸੈਕਸ਼ਨ 'ਚ। ਅਤੇ ਜੇ ਨਹੀਂ ਕਲੀਅਰ ਹੋਏ ਫਿਰ ਆਪਾਂ ਉੱਥੇ ਹੀ ਬੈਠ ਕੇ ਦੁਬਾਰਾ ਦੇ ਸਕਦੇ ਹਾਂ। ਵੈਸੇ ਮੇਰਾ ਤਾਂ ਕਲੀਅਰ ਹੋ ਗਿਆ ਸੀ, ਮੇਰੇ 3 ਰੋਂਗ ਹੋਏ, MCQ ਵਾਲੇ 3 ਅਤੇ ਸਿੰਬਲਸ ਵਾਲੇ ਮੇਰੇ ਸਾਰੇ ਕਰੈਕਟ ਹੋਏ। ਇੱਕ ਹੋਰ ਚੀਜ਼ ਇੱਥੇ ਮੈਂ ਕਈਆਂ ਨੂੰ ਵੇਖੀ, ਕਈਆਂ ਨੇ ਨਾ ਸਿਰਫ ਸਰਵਿਸ ਓਨਟਾਰੀਓ ਵਾਲੀ ਵੈਬਸਾਈਟ ਹੀ ਪੜ੍ਹੀ ਆ, ਪਰ ਮੈਨੂੰ ਲੱਗਦਾ ਇੱਕ PDF ਆ ਤੁਹਾਡੇ ਫਰੈਂਡ ਸਰਕਲ 'ਚ, ਮੋਸਟਲੀ ਈਜ਼ਲੀ ਉਹ PDF ਮਿਲ ਜਾਂਦਾ, ਸੋ ਤੁਸੀਂ ਉਹ PDF ਹੀ ਪੜ੍ਹੋ। PDF ਦੇ ਵਿੱਚੋਂ ਹੀ ਕੁਸ਼ਚਨਸ ਆਉਂਦੇ ਨੇ ਸਾਰੇ, ਹੈ ਨਾ ਵੀਰੇ? ਅਤੇ ਇੱਕ ਹੋਰ, ਮੋਬਾਈਲ ਨਾ ਰੱਖਿਓ ਡੈਸਕ ਦੇ ਉੱਤੇ। ਜੇ ਤੁਸੀਂ ਡੈਸਕ ਦੇ ਉੱਤੇ ਮੋਬਾਈਲ ਰੱਖਿਆ ਨਾ, ਉਹ ਇਨ ਬਿਟਵੀਨ ਆਉਂਦੇ ਨੇ ਅਤੇ ਤੁਹਾਨੂੰ ਕੈਂਸਲ ਕਰ ਦਿੰਦੇ ਨੇ, ਫਿਰ ਉਸ ਦਿਨ ਤੁਸੀਂ ਟੈਸਟ ਨਹੀਂ ਦੇ ਸਕਦੇ, ਯੂ ਹੈਵ ਟੂ ਕਮ ਅਗੇਨ। ਬਾਕੀ ਇੰਨਾ ਟਫ ਹੈ ਨਹੀਂ, ਹੈ ਨਾ, ਠੀਕ ਹੀ ਸੀ, ਹੈ ਨਾ? ਸੋ ਹੁਣ ਸਾਨੂੰ ਮਿਲ ਗਿਆ ਜੀਵਨ ਲਾਇਸੈਂਸ। ਹਾਂ, ਇੱਕ ਹੋਰ ਗੱਲ, ਬਹੁਤ ਡਾਊਟ ਹੁੰਦਾ ਵੀ ਇੰਡੀਅਨ ਐਕਸਪੀਰੀਅੰਸ ਆਪਾਂ ਕਿੱਦਾਂ ਐਡ ਕਰਵਾਉਣਾ, ਹੈ ਨਾ? ਜੇ ਇੰਡੀਅਨ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਇੰਡੀਅਨ ਲਾਇਸੈਂਸ, ਤਾਂ ਤੁਹਾਨੂੰ G2 ਵਾਸਤੇ ਵੇਟ ਨਹੀਂ ਕਰਨੀ ਪਏਗੀ। ਲਾਈਕ ਤੁਸੀਂ ਨੋਰਮਲ ਆਪਣਾ ਕਲਾਸਿਸ 1 ਅੱਧੀ ਲੈ ਕੇ G2 ਟੈਸਟ ਦੇ ਸਕਦੇ ਹੋ। ਐਂਡ ਹਾਂ, ਬਸ ਮੇਰੇ ਕੋਲ ਇੰਡੀਅਨ ਲਾਇਸੈਂਸ ਸੀ ਅਤੇ ਮੇਰਾ ਓਨਲੀ 8 ਮੰਥਸ ਦਾ ਐਕਸਪੀਰੀਅੰਸ ਸੀ, ਸਟਿਲ ਉਹਨੇ ਕਿਹਾ ਯੂ ਆਰ ਐਲੀਜੀਬਲ ਕਿ ਆ ਤੁਸੀਂ ਡਾਇਰੈਕਟਲੀ G2 ਦੇ ਸਕਦੇ ਹੋ। ਵੀਰੇ ਤੁਹਾਡੇ ਕੋਲ ਕਿੰਨਾ ਸੀ? ਮੇਰੇ ਕੋਲ ਸੀਗਾ 2 ਸਾਲ ਦਾ। ਹਾਂ ਹਾਂ, ਅਗਰ 2 ਇਅਰਸ ਪਲੱਸ ਹੈ ਤਾਂ ਫਿਰ ਤੁਸੀਂ ਡਾਇਰੈਕਟਲੀ G ਦੇ ਸਕਦੇ ਹੋ। ਮੇਰੇ ਕੋਲ ਮੇਰਾ ਲਾਇਸੈਂਸ ਬਣਿਆ ਸੀ 2015 ਦਾ। ਇੱਕ ਹੈ ਮਿਸ ਅੰਡਰਸਟੈਂਡਿੰਗ ਡਰਾਈਵਿੰਗ ਐਕਸਟ੍ਰੈਕਟ ਦੀ, ਅਗਰ ਤੁਹਾਡਾ ਐਕਸਪੀਰੀਅੰਸ 1 ਇਅਰ ਤੋਂ ਘੱਟ ਆ ਤਾਂ ਡਰਾਈਵਿੰਗ ਐਕਸਟ੍ਰੈਕਟ ਨਹੀਂ ਚਾਹੀਦਾ। ਓਕੇ, ਅਗਰ ਤੁਹਾਡਾ ਐਕਸਪੀਰੀਅੰਸ ਮੋਰ ਦੈਨ 1 ਇਅਰ ਆ ਤਾਂ ਡਰਾਈਵਿੰਗ ਐਕਸਟ੍ਰੈਕਟ ਚਾਹੀਦਾ ਹੁੰਦਾ ਆ। ਬੇਸਿਕਲੀ ਜਦੋਂ ਤੁਸੀਂ ਡਾਇਰੈਕਟਲੀ G ਦੇਣਾ, G2 ਸਕਿੱਪ ਕਰਕੇ ਫਿਰ ਡਰਾਈਵਿੰਗ ਐਕਸਟ੍ਰੈਕਟ ਜ਼ਰੂਰੀ ਹੈ, ਹੈ ਨਾ? ਅਤੇ ਡਰਾਈਵਿੰਗ ਐਕਸਟ੍ਰੈਕਟ ਤੁਸੀਂ ਆਪਣੇ ਜਿਵੇਂ ਇੰਡੀਆ 'ਚ ਵੀਰੇ ਤਹਿਸੀਲ ਤੋਂ ਬਣਾਈਦਾ ਨਾ। ਹਾਂਜੀ ਹਾਂ, ਤਹਿਸੀਲ 'ਚੋਂ ਬਣਵਾ ਸਕਦੇ ਹੋ ਜਾ ਕੇ, ਉੱਥੇ ਤੁਹਾਡੇ ਡਰਾਈਵਿੰਗ ਮਤਲਬ ਪੂਰਾ ਡਿਟੇਲਸ ਪਾ ਦਿੰਦੇ ਨੇ, ਈਜ਼ੀਲੀ ਤੁਹਾਨੂੰ ਉਹ ਫਾਰਮੈਟ ਮਿਲ ਜਾਏਗਾ, ਉਹ ਤੁਸੀਂ ਨਾਲ ਇੱਥੇ ਸਬਮਿਟ ਕਰਵਾ ਸਕਦੇ ਹੋ। ਬਸ ਇਹੀ ਪ੍ਰੋਸੈਸ ਆ ਜੀਵਨ ਦਾ।
बहुत सारे डाउट्स हैं। असी भी बड़े यूट्यूब सर्च किए की प्रोसेस आ, बट इन्ना कुछ है नहीं, ईजी आ। फाइनली सानू दो दिन आना पिया क्योंकि असी लेट हो गए सी, पर आई वुड सजेस्ट कि टाइम ना लाओ ताकि ईजी हो जाए। बस ਮੈਂ ਤਾਂ ਇਹ ਕਰਿਆ ਸੀਗਾ, ਮੈਂ ਕਿਹਾ ਸਕਿਪ 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 ਸਕਿਪ, ਇਹ ਵੀ ਨਹੀਂ ਹੁੰਦਾ, ਇਹ ਵੀ ਨਹੀਂ ਹੁੰਦਾ, ਇਹ ਵੀ। ਹਾਂ, ਦੋ ਸੈਕਸ਼ਨਸ ਹੁੰਦੇ ਨੇ, ਪਹਿਲੇ ਚ ਪਹਿਲੇ ਉਹ ਹੁੰਦੇ ਨੇ ਮਤਲਬ ਕੁਐਸਚਨਸ ਪੜ ਕੇ ਸਕਿਪ ਦਾ ਇਹ ਮਤਲਬ ਸੀ ਕਿ ਸਕਿਪ ਕਰਕੇ ਤੁਸੀਂ ਉਹਨੂੰ ਐਂਡ ਆਫ ਦਾ ਟੈਸਟ ਚ ਮਤਲਬ ਸੋਚ ਕੇ ਆਨਸਰ ਕਰੋਗੇ। ਹਾਂ, ਸਕਿਪ ਦਾ ਇਹ ਮਤਲਬ ਸੀ। ਮੈਨੂੰ ਆਏ ਸੀ, ਮੈਂ ਕਿਹਾ ਮੈਨੂੰ ਆਏ ਸੀ, ਮੈਂ ਕਿਤੇ ਵਿੱਚ ਨਾ ਉਹ ਹੁਣ ਸਾਈਨ ਆਉਣਗੇ। ਸਾਈਨ ਵਾਲਾ ਬਾਅਦ ਚ ਆਉਂਦਾ ਹੈ। ਔਰ ਇਹ ਦੋ ਸੈਕਸ਼ਨਸ ਹੁੰਦੇ ਨੇ, ਬਸ ਇਹੀ ਹੈ। ਪੀਡੀਐਫ ਵੀ ਰਜਨ ਨੇ ਪੜਿਆ, ਪੀਡੀਐਫ ਚ ਹੀ ਕੁਐਸਚਨਸ ਆਉਂਦੇ ਨੇ, ਪੀਡੀਐਫ ਹੀ ਪੜ ਕੇ ਜਾਓ। ਸਕਿਪ 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 ਸਕਿਪ, ਔਰ ਮੈਂ ਤਾਂ ਸਕਿਪ ਸਕਿਪ। ਬਹੁਤ ਸਾਰੇ ਲੋਕ ਐਸੇ ਸੀ, ਮੋਸਟਲੀ ਸਿੰਬਲਸ ਵਾਲੇ ਸਭ ਦੇ ਕਲੀਅਰ ਹੋ ਜਾਂਦੇ ਆ, ਜੋ ਫਸਟ ਸੈਕਸ਼ਨ ਹੁੰਦਾ ਹੈ ਉਹੀ ਅੜਦਾ ਆ, ਤੇ ਉਹਦੇ ਚ ਆਈ ਥਿੰਕ ਬਹੁਤ ਸਾਰੇ ਇਦਾਂ ਦੇ ਕੈਂਡੀਡੇਟ ਸੀ ਜਿਨ੍ਹਾਂ ਨੇ ਦੁਬਾਰਾ ਵੀ ਅਟੈਂਪਟ ਕਰਿਆ। ਉੱਥੇ ਹੀ ਤੁਸੀਂ ਦੁਬਾਰਾ ਅਟੈਂਪਟ ਕਰ ਸਕਦੇ ਹੋ। ਉਹ ਨਹੀਂ ਨਹੀਂ ਮੋਬਾਈਲ ਪਾਕਟ ਚ ਰੱਖੋ। ਓਹਨੇ ਪਹਿਲਾਂ ਅਨਾਊਂਸ ਕਰਕੇ ਦੱਸਿਆ ਸੀ ਮੋਬਾਈਲ ਨੂੰ ਪਾਕਟ ਵਿੱਚ ਹੀ ਰੱਖਣਾ। ਹੁਣ ਪੇ ਕਰ ਦੇਣਾ $16 ਨਹੀਂ ਚਲੋ ਆ ਜਾ, ਭੁੱਖ ਲੱਗੀ ਹੈ।